ਸਾਡੇ ਬੱਚੇ ਸਾਡੇ ਬਜ਼ੁਰਗ ਸਾਡੇ ਵੀਰ ਇੱਥੇ ਦਿੱਲੀ ਦੀਆਂ ਗੁਹਾਂ ਦੇ ਰੁਲ ਰਹੇ ਨੇ। ਇਹ ਮੋਦੀ ਕਿਉਂ ਚੁੱਪ ਕਰਿਆ ਬੈਠਾ ਹੈ? ਅਸੀਂ ਅੱਜ ਕਾਲੀਆਂ ਚੁੰਨੀਆਂ ਲੈ ਕੇ ਕੁਛ ਮੇਰੀਆਂ ਭੈਣਾਂ ਚਿੱਟੀਆਂ ਚੁੰਨੀਆਂ ਲੈ ਕੇ ਅਸੀਂ ਇਹ ਇੱਥੋਂ ਚਾਰ ਕਰਨ ਆਈਆਂ। ਖੇਤੀ ਸਾਡਾ ਅਧਿਕਾਰ ਹੈ, ਅਸੀਂ ਇਸ ਨੂੰ ਲੈ ਕੇ ਰਾਂਗੇ। ਇਹ ਤਿੰਨੇ ਕਾਲੇ ਕਾਨੂੰਨ ਜਦ ਤੱਕ ਵਾਪਸ ਨਹੀਂ ਹੁੰਦੇ ਅਸੀਂ ਦਿੱਲੀ ਦੀਆਂ ਬਰੂਹਾਂ ਤੋਂ ਨਹੀਂ ਉੱਠਾਂਗੇ। ਉਹਨਾਂ ਨੂੰ ਮੈਂ ਕਹਿੰਦੀ ਆ ਵੀ ਹੁਣ ਅਸੀਂ ਪਾਰਲੀਮੈਂਟ ਘੇਰਾਂਗੇ। ਜੇ ਸਾਡਾ ਪਾਰਲੀਮੈਂਟ ਜਾਂਦਾ ਉਹ ਤੋਂ ਪਹਿਲਾਂ ਡਿਬੇਟ ਦੇ ਨਹੀਂ ਅਸੀਂ ਕਰਨਾ ਤਾਂ ਪੈਸਾ ਹਸਤਾਂ ਵੀ ਖਰਚ ਦਵਾਂਗੇ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੰਜਾਬ ਹਰਿਆਣਾ ਦੀਆਂ ਲਗਭਗ 40,000 ਬੀਬੀਆਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਟਿੱਕਰੀ ਸਰਹੱਦ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਨ ਪਹੁੰਚੀਆਂ। ਉੱਥੇ ਹੀ ਬੀਬੀਆਂ ਵੱਲੋਂ ਕਿਹਾ ਗਿਆ ਕਿ ਸਾਡੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਉਹ ਤਿੰਨੋਂ ਕਾਲੇ ਕਾਨੂੰਨ ਵਾਪਸ ਲਵੇ। ਦੱਸ ਦੇਈਏ ਕਿ ਟਿੱਕਰੀ, ਸਿੰਘੂ ਤੇ ਗਾਜੀਪੁਰ ਬਾਰਡਰ ਦੇ ਕਿਸਾਨ ਲਗਭਗ 100 ਦਿਨਾਂ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਧਰਨਾ ਪ੍ਰਦਰਸ਼ਨ ਕਰ ਰਹੇ ਨੇ। ਇਹ ਸਾਰੀਆਂ ਬੀਬੀਆਂ ਟਰੈਕਟਰ ਟਰਾਲੀਆਂ 'ਚ ਬੈਠ ਕੇ ਦਿੱਲੀ ਦੀ ਸਰਹੱਦ ਤੇ ਪਹੁੰਚੀਆਂ ਤੇ ਜਿਨ੍ਹਾਂ 'ਚੋਂ ਕਈਆਂ ਨੇ ਖੁਦ ਟਰੈਕਟਰ ਚਲਾਇਆ। ਮਹਿਲਾ ਦਿਵਸ ਮੌਕੇ ਧਰਨਾ ਪ੍ਰਦਰਸ਼ਨ ਸਥਾਨ ਤੇ ਇਹ ਬੀਬੀਆਂ ਨੇ ਸਰਕਾਰ ਨੂੰ ਚੁਣੌਤੀ ਦਿੱਤੀ ਹੈ। ਅੱਜ ਇਕੱਠੇ ਹੋਏ ਆਪਾਂ, ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਮਹਿਲਾ ਦਿਵਸ ਹੈ, ਪਰ ਬੜੇ ਅਫਸੋਸ ਦੀ ਗੱਲ ਹੈ, ਇਹ ਕਾਹਦਾ ਮਹਿਲਾ ਦਿਵਸ ਹੈ ਜਦੋਂ ਸਾਡੇ ਬੱਚੇ ਸਾਡੇ ਬਜ਼ੁਰਗ ਸਾਡੇ ਵੀਰ ਇੱਥੇ ਦਿੱਲੀ ਦੀਆਂ ਗੁਹਾਂ ਦੇ ਰੁਲ ਰਹੇ ਨੇ। ਇਹ ਮੋਦੀ ਕਿਉਂ ਚੁੱਪ ਕਰਿਆ ਬੈਠਾ ਹੈ? ਅਸੀਂ ਅੱਜ ਕਾਲੀਆਂ ਚੁੰਨੀਆਂ ਲੈ ਕੇ ਕੁਛ ਮੇਰੀਆਂ ਭੈਣਾਂ ਚਿੱਟੀਆਂ ਚੁੰਨੀਆਂ ਲੈ ਕੇ ਅਸੀਂ ਇਹ ਅਫਸੋਸ ਜ਼ਾਹਰ ਕਰਨ ਆਈਆਂ। ਮੈਨੂੰ ਇਸ ਦਿਨ ਦੀ ਬੜੀ ਖੁਸ਼ੀ ਹੁੰਦੀ ਸੀ, ਪਰ ਅੱਜ ਸਾਨੂੰ ਇਸ ਦਿਨ ਦੀ ਬਿਲਕੁਲ ਵੀ ਖੁਸ਼ੀ ਨਹੀਂ ਹੋਈ। ਅਸੀਂ ਇਹ ਅਫਸੋਸ ਜ਼ਾਹਰ ਕਰਨ ਆਈਆਂ ਮੋਦੀ ਦੇ ਵਿਰੁੱਧ ਅਸੀਂ ਆਵਾਜ਼ ਬੁਲੰਦ ਕਰਨ ਆਈਆਂ। ਅਸੀਂ ਸਾਰੀਆਂ ਜਾਣੀਆਂ ਇੱਕ ਹੈ, ਅਸੀਂ ਇੱਕ ਹੋ ਕੇ ਰਹਾਂਗੇ, ਅਸੀਂ ਆਪਣੇ ਵੀਰਾਂ ਦੇ ਮੋਢਿਆਂ ਨਾਲ ਮੋਢਾ ਲਾ ਕੇ ਖੜਾਂਗੇ। ਇਹ ਮੋਦੀ ਕਿਵੇਂ ਭੁੱਲ ਗਿਆ ਕਿ ਅਸੀਂ ਇਹ ਮਾਈ ਭਾਗੋ ਦੀਆਂ ਵਾਰਸਾਂ, ਅਸੀਂ ਮਾਤਾ ਗੁਜਰੀ ਦੀਆਂ ਜਾਈਆਂ ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਦਾਨ ਕਰਕੇ ਅੱਖ ਵਿੱਚੋਂ ਇੱਕ ਹੰਝੂ ਵੀ ਨਹੀਂ ਗੇ ਰਿਹਾ। ਅਸੀਂ ਗੁਰੂ ਦਸਵੇਂ ਪਾਤਸ਼ਾਹ ਦੀਆਂ ਪੁੱਤਰੀਆਂ, ਅਸੀਂ ਮਾਈ ਭਾਨੀ ਦੀਆਂ ਪੁੱਤਰੀਆਂ ਜਿਹਨੇ ਸਾਰਾ ਸਰਬੰਸ ਆਪਣੇ ਪਿਤਾ ਦੀ ਸੇਵਾ ਕਰਕੇ ਸਰਬੰਸਦਾਨੀ ਬਣ ਕੇ ਝੋਲੀ ਦੇ ਵਿੱਚ ਇਹ ਪਵਾ ਲਿਆ ਸੀ। ਇਹ ਮੋਦੀ ਸਰਕਾਰ ਕੀ ਸੋਚ ਰਹੀ ਹੈ, ਕੀ ਵਿਚਾਰ ਰਹੀ ਹੈ ਮੋਦੀ ਸਰਕਾਰ? ਅੱਜ ਇਹ ਦੇਖ ਰਿਹਾ ਬੀਬੀਆਂ ਦਾ ਇਕੱਠ ਹਜ਼ਾਰਾਂ ਦੇ ਵਿੱਚ ਹੋਇਆ, ਇਹੀ ਇਕੱਠ ਉਸ ਦਿਨਾਂ ਨੂੰ ਲੱਖਾਂ ਦੇ ਵਿੱਚ ਹੋਣ ਦੀ ਸੰਭਾਵਨਾ ਹੈ। ਸਾਰੀਆਂ ਬੀਬੀਆਂ ਬਾਹਰ ਖੜੀਆਂ ਕਰਕੇ ਇਸ ਗੱਲ ਦਾ ਜਵਾਬ ਦਿਓ ਕਿ ਅਸੀਂ ਲੱਖਾਂ ਦੇ ਵਿੱਚ ਇੱਥੇ ਇਕੱਠੀਆਂ ਹੋਵਾਂਗੇ, ਇਸ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾਵਾਂਗੇ। ਅਸੀਂ ਇਸ ਮੋਦੀ ਸਰਕਾਰ ਨੂੰ ਨਹੀਂ ਬਖਸ਼ਾਂਗੇ, ਅਸੀਂ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖਾਂਗੇ, ਅਸੀਂ ਇਹ ਕਾਲੇ ਕਾਨੂੰਨ ਰੱਦ ਕਰਾ ਕੇ ਰਹਾਂਗੇ। ਕਾਲੇ ਕਾਨੂੰਨ ਰੱਦ ਕਰੋ, ਕਾਲੇ ਕਾਨੂੰਨ ਬਸ ਲੋ। ਪੂਰੇ ਪੰਜਾਬ ਤੋਂ, ਹਰਿਆਣੇ ਤੋਂ, ਰਾਜਸਥਾਨ ਤੋਂ, ਯੂਪੀ ਤੋਂ, ਬਿਹਾਰ ਤੋਂ ਅੱਜ ਇੱਥੇ ਵੋਮੈਨ ਡੇ ਮਨਾਉਣਾ ਹੀ ਹੈ। ਵੋਮੈਨ ਡੇ ਔਰਤ ਦੇ 8 ਮਾਰਚ 1914 ਨੂੰ ਉਦੋਂ ਮਨਾਇਆ ਗਿਆ ਸੀ ਜਦੋਂ ਮਹਿਲਾਵਾਂ ਨੇ ਜਰਮਨੀ ਦੀ ਧਰਤੀ ਤੋਂ ਆਪਣੀ ਵੋਟ ਦਾ ਅਧਿਕਾਰ ਮੰਗਿਆ ਸੀ। ਖੇਤੀ ਸਾਡਾ ਅਧਿਕਾਰ ਹੈ, ਅਸੀਂ ਇਸ ਨੂੰ ਲੈ ਕੇ ਰਾਂਗੇ। ਇਹ ਤਿੰਨੇ ਕਾਲੇ ਕਾਨੂੰਨ ਜਦ ਤੱਕ ਵਾਪਸ ਨਹੀਂ ਹੁੰਦੇ ਅਸੀਂ ਦਿੱਲੀ ਦੀਆਂ ਬਰੂਹਾਂ ਤੋਂ ਨਹੀਂ ਉੱਠਾਂਗੇ। ਬਾਕੀ ਮੈਂ ਆਪਣੇ ਦੋ ਬੇਟਿਆਂ ਲਈ ਮੱਥਾ ਸਦਾਣਾ, ਦੀਪ ਸਿੱਧੂ।
ਬੀਬੀਆਂ ਦੇ ਟਿੱਕਰੀ ਸਰਹੱਦ ਤੇ ਆਉਣ ਨੂੰ ਲੈ ਕੇ ਕਿਸਾਨ ਆਗੂਆਂ ਨੇ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਖੇਤੀ ਅਤੇ ਸਾਡੇ ਜੀਵਨ 'ਚ ਬੀਬੀਆਂ ਦੀ ਭੂਮਿਕਾ ਨੂੰ ਸਵੀਕਾਰ ਕਰਨ ਅਤੇ ਇਸ ਦਿਵਸ ਨੂੰ ਮਨਾਉਣ ਲਈ ਇੱਥੇ ਪੂਰੀ ਵਿਵਸਥਾ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸਾਰੀਆਂ ਬੀਬੀਆਂ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣਗੀਆਂ ਤੇ ਉਸ ਤੋਂ ਬਾਅਦ ਆਪਣੇ ਘਰਾਂ ਤੇ ਖੇਤੀ ਦੀ ਦੇਖਭਾਲ ਲਈ ਆਪਣੇ ਘਰ ਵਾਪਸ ਜਾਣਗੀਆਂ। ਸਵਾਜ ਕੁਮੰਤਰੀ ਮਹਿਲਾ ਦਿਵਸ ਦੇ ਮੌਕੇ ਖੁਦ ਟਰੈਕਟਰ ਚਲਾ ਕੇ ਟਿੱਕਰੀ ਸਰਹੱਦ ਤੇ ਬੀਬੀਆਂ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੀਆਂ ਤੇ ਕੇਂਦਰ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ। ਬਿਊਰੋ ਰਿਪੋਰਟ ਸਕਾਈ ਨਿਊਜ਼ ਪੰਜਾਬ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।